ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਔਰ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਜਿਹੜਾ ਵਾ ਚੰਡੀਗੜ੍ਹ ਦੇ ਵੱਖ ਵੱਖ ਸੈਕਟਰ ਦੇ ਵਿਚ ਪੈ ਰਿਹਾ ਵਾ। ਇਕ ਇਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿੱਥੇ ਕਿੰਨਾ ਮੀਂਹ ਜਿਹੜਾ ਵਾ ਪੈ ਰਿਹਾ ਵਾ ਔਰ ਮੀਂਹ ਪੈਣ ਦੀ ਵਜ੍ਹਾ ਕਰਕੇ ਤਾਪਮਾਨ ਵੀ ਜਿਹੜਾ ਵਾ ਉਹ ਹੇਠਾਂ ਆਇਆ, 2 ਡਿਗਰੀ ਤਾਪਮਾਨ ਜਿਹੜਾ ਉਹ ਹੇਠਾਂ ਆਇਆ। ਪਿਛਲੇ 2 ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਮੀਂਹ ਦਾ, ਕਿਉਂਕਿ ਮੌਸਮ ਵਿਭਾਗ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ 29 ਤੇ 30 ਨੂੰ ਮਾਨਸੂਨ ਜਿਹੜਾ ਚੰਡੀਗੜ੍ਹ ਦੇ ਵਿਚ ਦਸਤਕ ਦੇਗਾ, ਲੇਕਿਨ ਅੱਜ 2 ਜੁਲਾਈ ਨੂੰ ਜਿਹੜਾ ਵਾ ਮੀਂਹ ਨੇ ਦਸਤਕ ਦਿੱਤੀ ਹੈ, ਮਾਨਸੂਨ ਦੇ ਵੱਲੋਂ ਦਸਤਕ ਦਿੱਤੀ ਗਈ ਹੈ। ਔਰ ਇਸ ਵੇਲੇ ਨਿਊਜ਼ 18 ਦੀ ਟੀਮ ਚੰਡੀਗੜ੍ਹ ਦੇ ਵੱਖ ਵੱਖ ਸੈਕਟਰ ਦੇ ਵਿਚ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਮੌਸਮ ਪਹੁੰਚਾ ਰਹੀ ਹੈ ਕਿ ਕਿਸ ਤਰੀਕੇ ਦਾ ਮੌਸਮ ਹੈ, ਕਿੰਨਾ ਮੀਂਹ ਜਿਹੜਾ ਵਾ ਕਿਸ ਸੈਕਟਰ ਦੇ ਵਿਚ ਪੈ ਰਿਹਾ ਵਾ ਔਰ ਮੀਂਹ ਪੈਣ ਦੀ ਵਜ੍ਹਾ ਕਰਕੇ ਆਮ ਲੋਕਾਂ ਨੇ ਜਿਨ੍ਹਾਂ ਨੇ ਦਫ਼ਤਰ ਜਾਣਾ ਵਾ, ਖਾਸ ਤੌਰ ਤੇ ਜਿਨ੍ਹਾਂ ਨੇ 2 ਪਹੀਆ ਵਾਹਨ ਮੋਟਰਸਾਈਕਲ ਦੇ ਉੱਤੇ ਜਾਣਾ ਵਾ, ਉਹਨਾਂ ਨੂੰ ਜਿਹੜਾ ਵਾ ਇੰਤਜ਼ਾਰ ਕਰਨਾ ਹੋਏਗਾ ਦਫ਼ਤਰ ਜਾਣ ਦੇ ਲਈ, ਜਾਂ ਫਿਰ ਕਈ ਥਾਵਾਂ ਤੇ ਉਹ ਭਿੱਜਦੇ ਹੋਏ ਵੀ ਨਜ਼ਰ ਆਏ ਨੇ। ਤਾਂ ਇਸ ਵੇਲੇ ਨਿਊਜ਼ 18 ਦੀ ਟੀਮ ਗਰਾਊਂਡ ਜ਼ੀਰੋ ਤੇ ਗਵਰਨਰ ਹਾਊਸ ਦੇ ਕੋਲ ਪਹੁੰਚੀ ਹੈ ਔਰ ਗਵਰਨਰ ਹਾਊਸ ਦੇ ਕੋਲ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਟ੍ਰੈਫਿਕ ਜਿਹੜਾ ਵਾ ਥੋੜਾ ਹੌਲੀ ਹੋਇਆ ਵਾ, ਕਿਉਂਕਿ ਮੀਂਹ ਦੀ ਵਜ੍ਹਾ ਕਰਕੇ ਲੋਕ ਜਿਹੜੇ ਨੇ ਸੰਭਲ ਸੰਭਲ ਕੇ ਜਾ ਰਹੇ ਨੇ ਔਰ ਇਸ ਵੇਲੇ ਗਰਮੀ ਤੋਂ ਰਾਹਤ ਜ਼ਰੂਰ ਚੰਡੀਗੜ੍ਹ ਦੇ ਲੋਕਾਂ ਨੂੰ ਮਿਲੀ ਹੈ। ਪੰਜਾਬ 'ਚ ਵੀ ਕਈ ਥਾਵਾਂ ਤੇ ਲੁਧਿਆਣਾ ਸਮੇਤ ਮੀਂਹ ਜਿਹੜਾ ਵਾ ਉਹ ਪੈ ਰਿਹਾ ਵਾ, ਕਿਉਂਕਿ ਮੌਸਮ ਦੇ ਵੱਲੋਂ ਪਹਿਲਾਂ ਹੀ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਅਗਲੇ 2-3 ਦਿਨ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਗਈ ਸੀ। ਤਾਂ ਇਸ ਵੇਲੇ ਗਵਰਨਰ ਹਾਊਸ ਦੇ ਨੇੜੇ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਮੰਗਲਵਾਰ ਦੇ ਦਿਨ ਦਫ਼ਤਰ ਜਾਣ ਦੇ ਲਈ, ਸੈਕਟਰੀਏਟ ਜਾਣ ਦੇ ਲਈ, ਕੋਰਟ ਜਾਣ ਦੇ ਲਈ ਘਰੋਂ ਨਿਕਲੇ ਨੇ ਔਰ ਉਹ ਇਸ ਵੇਲੇ ਮੌਸਮ ਦਾ ਆਨੰਦ ਵੀ ਲੈ ਰਹੇ ਨੇ, ਲੇਕਿਨ ਜਿਹੜੇ 2 ਪਹੀਆ ਮੋਟਰਸਾਈਕਲ ਜਾਂ ਸਕੂਟਰੀ ਤੇ ਜਾ ਰਹੇ ਨੇ ਉਹਨਾਂ ਦੇ ਲਈ ਖਾਸੀ ਦਿੱਕਤ ਦਾ ਸਾਹਮਣਾ ਜਿਹੜਾ ਵਾ ਉਹ ਕਰਨਾ ਪੈ ਰਿਹਾ ਵਾ। ਤਾਂ ਲੋਕ ਜਿਹੜੇ ਨੇ ਜੇਕਰ ਜ਼ਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲਣ, ਖਾਸ ਤੌਰ ਤੇ ਜਿਹੜੇ 2 ਪਹੀਆ ਵਾਹਨ ਤੇ ਜਾਣਗੇ ਔਰ ਮੌਸਮ ਦਾ ਆਨੰਦ ਜਿਹੜਾ ਵਾ ਉਹ ਘਰ ਬੈਠ ਕੇ ਹੀ ਜ਼ਰੂਰ ਲੈ ਸਕਣਗੇ। ਕਈ ਥਾਵਾਂ ਤੇ ਮੀਂਹ ਪੈਣ ਦੀ ਵਜ੍ਹਾ ਕਰਕੇ ਪਾਣੀ ਵੀ ਜਿਹੜਾ ਵਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਵਾ ਔਰ ਹੁਣ ਜਿਹੜੀ ਸੁਖਨਾ ਲੇਕ ਹੈ ਉਸ ਪਾਸੇ ਨਿਊਜ਼ 18 ਦੀ ਟੀਮ ਜਾ ਰਹੀ ਹੈ, ਸੁਖਨਾ ਲੇਕ ਵਾਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ, ਕਿਉਂਕਿ ਮੌਸਮ ਬਦਲਣ ਦੇ ਨਾਲ ਜਿਹੜੀ ਗਰਮੀ ਚੰਡੀਗੜ੍ਹ ਦੇ ਵਿੱਚ ਪੈ ਰਹੀ ਸੀਗੀ ਲੋਕਾਂ ਨੇ ਜ਼ਰੂਰ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਈ ਔਰ ਇਸ ਵੇਲੇ ਸੁਖਨਾ ਲੇਕ ਦੇ ਕੋਲ ਨਿਊਜ਼ 18 ਦੀ ਟੀਮ ਪਹੁੰਚੀ ਹੈ। ਤਸਵੀਰਾਂ ਗਰਾਊਂਡ ਜ਼ੀਰੋ ਤੋਂ ਅਸੀਂ ਦਿਖਾ ਰਹੇ ਹਾਂ ਵੱਖ ਵੱਖ ਚੰਡੀਗੜ੍ਹ ਦੇ ਸੈਕਟਰ ਦੀਆਂ ਕਿ ਕਿਸ ਤਰੀਕੇ ਦੇ ਨਾਲ ਮੀਂਹ ਤੋਂ ਬਾਅਦ ਮੀਂਹ ਪੈਣ ਦੇ ਨਾਲ ਤਸਵੀਰਾਂ ਜਿਹੜੀਆਂ ਨੇ ਅਸੀਂ ਦਿਖਾ ਰਹੇ ਹਾਂ। ਸਵੇਰ ਤੋਂ ਹੀ ਮੌਸਮ ਜਿਹੜਾ ਵਾ ਕਾਲੇ ਬੱਦਲ ਚੰਡੀਗੜ੍ਹ ਦੇ ਵਿੱਚ ਛਾਏ ਹੋਏ ਸੀਗੇ ਔਰ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਪਹਿਲਾਂ ਹੀ ਜਾਰੀ ਕੀਤਾ ਸੀਗਾ ਤਾਂ ਅਗਲੇ 2-3 ਦਿਨ ਮੀਂਹ ਜਿਹੜਾ ਵਾ ਉਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਾਂ ਇਸ ਵੇਲੇ ਸੁਖਨਾ ਲੇਕ ਨਿਊਜ਼ 18 ਦੀ ਟੀਮ ਪਹੁੰਚੀ ਹੈ। ਹਾਲਾਂਕਿ ਸਵੇਰ ਦੇ ਸਮੇਂ ਜਿਹੜਾ ਵਾ ਲੋਕ ਘਰੋਂ ਬਾਹਰ ਨਿਕਲ ਕੇ ਸੈਰ ਕਰਨ ਦੇ ਲਈ ਆਉਂਦੇ ਨੇ, ਲੇਕਿਨ ਮੀਂਹ ਦੀ ਵਜ੍ਹਾ ਕਰਕੇ ਇੱਥੇ ਜ਼ਿਆਦਾ ਲੋਕ ਤੁਹਾਨੂੰ ਨਜ਼ਰ ਨਹੀਂ ਆਉਣਗੇ ਔਰ ਜਿਹੜੇ ਵਾਹਨ ਵੀ ਨੇ ਜੇਕਰ ਕਿਸੇ ਨੇ ਜ਼ਰੂਰੀ ਘਰੋਂ ਬਾਹਰ ਨਿਕਲਣਾ ਤਾਂ ਉਹੀ ਲੋਕ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ। ਸੁਖਨਾ ਲੇਕ ਦੀਆਂ ਤਸਵੀਰਾਂ, ਸੁਖਨਾ ਲੇਕ ਮੂਵਮੈਂਟ ਇਸ ਵੇਲੇ ਭਰੀ ਹੁੰਦੀ ਹੈ ਲੋਕਾਂ ਦੇ ਨਾਲ ਸੈਰ ਕਰਨ ਵਾਲੇ, ਲੇਕਿਨ ਅੱਜ ਇਹ ਖਾਲੀ ਨਜ਼ਰ ਆ ਰਹੀ ਹੈ। ਹਾਲਾਂਕਿ ਸਵੇਰੇ 6 ਵਜੇ ਦੇ ਕਰੀਬ ਇੱਥੇ ਕਾਫੀ ਲੋਕ ਸੈਰ ਕਰਨ ਦੇ ਲਈ ਆਏ ਹੋਏ ਸੀਗੇ। ਤਾਂ ਇਸ ਵੇਲੇ ਸੁਖਨਾ ਲੇਕ ਤੋਂ ਅੱਗੇ ਹਾਈਕੋਰਟ ਵਾਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਉੱਥੇ ਕਿਵੇਂ ਹੈ, ਜਿੱਥੇ 2 ਪਹੀਆ ਵਾਹਨ ਵਾਲੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਸ਼ੈੱਡ ਹੇਠਾਂ ਜਾਂ ਕਿਤੇ ਆਪਣਾ ਮੋਟਰਸਾਈਕਲ ਲਗਾ ਕੇ ਖੜੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਦਫ਼ਤਰ ਉਹਨਾਂ ਨੇ ਜਾਣਾ ਹੁੰਦਾ ਔਰ ਦਫ਼ਤਰ 'ਚ ਭੇਜਣ ਨਾ, ਇਸ ਕਰਕੇ ਕਿਤੇ ਜਿੱਥੇ ਜਗ੍ਹਾ ਮਿਲਦੀ ਉੱਥੇ ਖੜ ਜਾਂਦੇ ਨੇ। ਤਾਂ ਇਸ ਵੇਲੇ ਲੋਕ ਜਿਹੜੇ ਨੇ ਘਰੋਂ ਘੱਟ ਹੀ ਬਾਹਰ ਨਿਕਲ ਰਹੇ ਨੇ ਔਰ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਆਨੰਦ ਜ਼ਰੂਰ
ਮਾਨ ਰਿਹਾ ਤਾਂ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਅੱਗੇ ਹਾਈਕੋਰਟ ਵਾਲੇ ਪਾਸੇ ਅਸੀਂ ਪਹੁੰਚੇ ਹਾਂ ਔਰ ਇੱਥੇ ਵੀ ਜ਼ਿਆਦਾ ਟ੍ਰੈਫਿਕ ਤੁਹਾਨੂੰ ਨਜ਼ਰ ਨਹੀਂ ਆਏਗਾ ਲੇਕਿਨ ਜਿਹੜੇ ਲੋਕ ਘਰੋਂ ਬਾਹਰ ਨਿਕਲੇ ਨੇ ਖਾਸ ਤੌਰ ਤੇ ਜਿਹੜੇ ਕਾਰਾਂ ਦੇ ਵਿੱਚ ਨੇ ਉਹ ਆਪਣੀ ਗੱਡੀ ਦੀਆਂ ਲਾਈਟਾਂ ਦਾ ਇਸਤੇਮਾਲ ਕਰਕੇ ਤਾਂ ਕਿ ਕਿਤੇ ਕੋਈ ਹਾਦਸਾ ਜਾਂ ਐਕਸੀਡੈਂਟ ਨਾ ਹੋਵੇ ਮੀਂਹ ਪੈਣ ਦੀ ਵਜ੍ਹਾ ਕਰਕੇ ਤਾਂ ਉਸਦਾ ਵੀ ਖਿਆਲ ਜਿਹੜਾ ਉਹ ਰੱਖਦੇ ਨੇ ਔਰ ਜੇਕਰ ਤੁਸੀਂ ਚੰਡੀਗੜ੍ਹ ਦੇ ਵਿੱਚ ਆ ਘਰੋਂ ਬਾਹਰ ਨਿਕਲਣਾ ਤਾਂ ਛਾਤਾ ਲੈ ਕੇ ਜ਼ਰੂਰ ਘਰੋਂ ਬਾਹਰ ਨਿਕਲੋ ਛਤਰੀ ਲੈ ਕੇ ਜ਼ਰੂਰ ਘਰੋਂ ਬਾਹਰ ਨਿਕਲੋ ਕਿਉਂਕਿ ਮੀਂਹ ਅਗਲੇ 2-3 ਦਿਨ ਪੈਂਦਾ ਹੋਇਆ ਨਜ਼ਰ ਆਏਗਾ ਚੰਡੀਗੜ੍ਹ ਦੇ ਵਿੱਚ 2 ਦਿਨ ਲੇਟ ਮਾਨਸੂਨ ਨੇ ਜਿਹੜੀ ਹੈ ਉਹ ਦਸਤਕ ਦਿੱਤੀ ਔਰ ਇਸ ਵੇਲੇ ਹਾਈਕੋਰਟ ਦੇ ਨੇੜੇ ਨਿਊਜ਼ 18 ਦੀ ਟੀਮ ਪਹੁੰਚੀ ਔਰ ਇੱਥੇ ਵੀ ਕਈ ਥਾਵਾਂ ਤੇ ਮੀਂਹ ਦੀ ਵਜ੍ਹਾ ਕਰਕੇ ਪਾਣੀ ਇਕੱਠਾ ਹੁੰਦਾ ਹੋਇਆ ਨਜ਼ਰ ਆ ਰਿਹਾ ਵਾ ਔਰ ਇਹ ਇਸ ਵੇਲੇ ਪ੍ਰਸ਼ਾਸਨ ਦੇ ਸਾਹਮਣੇ ਵੀ ਇੱਕ ਵੱਡੀ ਚੁਣੌਤੀ ਜਿਹੜੀ ਉਹ ਰਹਿਣ ਵਾਲੀ ਹੈ ਕਿ ਜਿਹੜੇ ਉਹਨਾਂ ਦੇ ਇੰਤਜ਼ਾਮ ਨੇ ਮੀਂਹ ਨੂੰ ਲੈ ਕੇ ਜਾਂ ਬਾਰਿਸ਼ ਨੂੰ ਲੈ ਕੇ ਜਾਂ ਮਾਨਸੂਨ ਨੂੰ ਲੈ ਕੇ ਕੀ ਉਹ ਇੰਤਜ਼ਾਮ ਪੂਰੇ ਨੇ ਕੀ ਪਾਣੀ ਇਕੱਠਾ ਨਹੀਂ ਹੋਏਗਾ ਜਾਂ ਫਿਰ ਮੀਂਹ ਪੈਣ ਦੀ ਵਜ੍ਹਾ ਕਰਕੇ ਹਰ ਸਾਲ ਅਸੀਂ ਦੇਖਦੇ ਹਾਂ ਕਿ ਕਈ ਥਾਈਂ ਪਾਣੀ ਇਕੱਠਾ ਹੋ ਜਾਂਦਾ ਔਰ ਆਮ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵੈ ਤਾਂ ਇਸ ਵੇਲੇ ਹਾਈਕੋਰਟ ਤੋਂ ਅੱਗੇ ਹੁਣ ਸੈਕਟਰੀਏਟ ਵਾਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਹਰਿਆਣਾ ਸੀਐਮ ਨਿਵਾਸ ਤੱਕ ਤੁਹਾਡੀਆਂ ਤਸਵੀਰਾਂ ਪਹੁੰਚਾਵਾਂਗੇ ਕਿ ਉੱਥੋਂ ਦੀ ਪਿਕਚਰ ਕਿਹੋ ਜਿਹੀ ਹੈ ਉੱਥੇ ਕਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤਾਂ ਚੰਡੀਗੜ੍ਹ ਦੇ ਹਰੇਕ ਸੈਕਟਰ ਦੇ ਵਿੱਚ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਮਾਨਸੂਨ ਜਦੋਂ ਆਉਂਦਾ ਹੈ ਤਾਂ ਕਈ ਵਾਰ ਦੇਖਦੇ ਹਾਂ ਕਿ ਇੱਕ ਸੈਕਟਰ 'ਚ ਮੀਂਹ ਪੈਂਦਾ ਦੂਜੇ ਸੈਕਟਰ 'ਚ ਮੀਂਹ ਨਹੀਂ ਹੁੰਦਾ ਲੇਕਿਨ ਇਸ ਵੇਲੇ ਜਦੋਂ ਮੀਂਹ ਨੇ ਦਸਤਕ ਦਿੱਤੀ ਹੈ ਤਾਂ ਹਰ ਪਾਸੇ ਦੀ ਇਹ ਤਸਵੀਰ ਹੈ ਇਧਰਲੇ ਪਾਸੇ ਜਿਹੜਾ ਰੋਕ ਗਾਰਡਨ ਹੈ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਅਜੇ 15-20 ਮਿੰਟ ਦਾ ਮੀਂਹ ਪਿਆ ਹੋਇਆ ਤਾਂ ਇੱਥੇ ਪਾਣੀ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ ਔਰ ਇਹੀ ਪੋਲ ਜਿਹੜੀ ਹੈ ਹਰ ਸਾਲ ਪ੍ਰਸ਼ਾਸਨ ਦੀ ਖੁੱਲਦੀ ਹੋਈ ਨਜ਼ਰ ਆਉਂਦੀ ਹੈ ਕਿ ਜਿਵੇਂ ਹੀ 15-20 ਮਿੰਟ ਦਾ ਮੀਂਹ ਪੈਂਦਾ ਹੈ ਤਾਂ ਪਾਣੀ ਦੇ ਜਿਹੜੇ ਇੰਤਜ਼ਾਮ ਨੇ ਪਾਣੀ ਕਿਵੇਂ ਨਿਕਲੇਗਾ ਉਹ ਜਿਹੜੇ ਨੇ ਉਹ ਹਮੇਸ਼ਾ ਜਿਹੜੇ ਨੇ ਉਹਨਾਂ ਦੇ ਉੱਤੇ ਖਰੇ ਨਹੀਂ ਉਤਰਿਆ ਜਾਂਦਾ ਔਰ ਹਰ ਵਾਰ ਪਾਣੀ ਇਕੱਠਾ ਹੋ ਜਾਂਦਾ ਤਾਂ 15 ਮਿੰਟ ਦੇ ਮੀਂਹ 'ਚ ਪਾਣੀ ਇਕੱਠਾ ਵੱਖ ਵੱਖ ਸੈਕਟਰ 'ਚ ਹੋਣਾ ਸ਼ੁਰੂ ਹੋ ਗਿਆ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੀ ਕੀ ਤਸਵੀਰ ਹੈ ਉੱਥੇ ਪ੍ਰਸ਼ਾਸਨ ਦੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਕੀ ਉੱਥੇ ਪਾਣੀ ਇਕੱਠਾ ਸ਼ੁਰੂ ਹੋਣਾ ਹੋਇਆ ਜਾਂ ਫਿਰ ਕਿਸ ਤਰੀਕੇ ਦੇ ਹਾਲਾਤ ਹੈ ਤੁਸੀਂ ਵੀ ਸਾਨੂੰ ਜਿਹੜਾ ਵੈ ਫੀਡਬੈਕ ਜ਼ਰੂਰ ਦੇ ਸਕਦੇ ਹੋ ਔਰ ਇਸ ਵੇਲੇ ਇਹ ਤਸਵੀਰਾਂ ਨੇ ਕਿਉਂਕਿ ਕਾਲਾ ਬੱਦਲ ਛਾਇਆ ਹੈ ਤਾਂ ਦਿਨ ਦੇ ਵਿੱਚ ਹੀ ਤੁਹਾਨੂੰ ਲਾਈਟਾਂ ਗੱਡੀਆਂ ਦੀਆਂ ਨਜ਼ਰ ਆਉਣਗੀਆਂ ਔਰ ਮੌਸਮ ਕਿਸ ਤਰੀਕੇ ਦੇ ਨਾਲ ਕਰਵਟ ਲੈ ਰਿਹਾ ਤਾਂ ਬਹੁਤ ਸਾਰੇ ਲੋਕ ਮੀਂਹ ਦਾ ਆਨੰਦ ਵੀ ਮਾਣ ਰਹੇ ਨੇ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਏਰੀਏ 'ਚ ਕਿਸ ਤਰੀਕੇ ਦੀ ਤਸਵੀਰ ਹੈ ਕਿਸ ਤਰੀਕੇ ਦੀ ਪਿਕਚਰ ਹੈ ਜ਼ਰੂਰ ਦੱਸੋ ਤਾਂ ਇਸ ਵੇਲੇ ਹਰਿਆਣਾ ਸੀਐਮ ਦੇ ਘਰ ਦੇ ਨੇੜੇ ਅਸੀਂ ਪਹੁੰਚੇ ਹਾਂ ਉਹ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਸੈਕਟਰੀਏਟ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਉੱਥੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਚੰਡੀਗੜ੍ਹ ਦੇ ਵੱਖ ਵੱਖ ਸੈਕਟਰ ਤੇ ਗਰਾਊਂਡ ਜ਼ੀਰੋ ਤੋਂ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਭਾਰੀ ਮੀਂਹ ਨੇ ਜਿਹੜਾ ਦਸਤਕ ਹੈ ਉਹ ਇਸ ਵੇਲੇ ਦਿੱਤਾ ਹੈ ਚੰਡੀਗੜ੍ਹ ਦੇ ਵੱਖ ਵੱਖ ਸੈਕਟਰ ਦੇ ਵਿੱਚ ਔਰ ਇੱਕ ਇੱਕ ਤਸਵੀਰ ਤੁਹਾਡੇ ਤੱਕ ਜਿਹੜੀ ਹੈ ਉਹ ਪਹੁੰਚਾ ਰਹੇ ਹਾਂ ਇਧਰਲੇ ਪਾਸੇ ਸੈਕਟਰੀਏਟ ਵਾਲੇ ਪਾਸੇ ਵੀ ਜਿਹੜਾ ਵੈ ਦੱਬ ਕੇ ਮੀਂਹ ਪੈ ਰਿਹਾ ਭਾਰੀ ਮੀਂਹ ਜਿਹੜਾ ਵੈ ਉਹ ਪੈ ਰਿਹਾ ਵੈ ਔਰ ਜਿਹੜੇ ਲੋਕ ਸਰਕਾਰੀ ਦਫ਼ਤਰਾਂ 'ਚ ਜਾਂ ਪ੍ਰਾਈਵੇਟ ਦਫ਼ਤਰਾਂ 'ਚ ਜਿਨ੍ਹਾਂ ਨੇ ਜਾਣਾ ਵੈ ਉਹੀ ਇਸ ਵੇਲੇ ਜ਼ਿਆਦਾ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਔਰ ਇਸ ਵੇਲੇ ਸੁਖਜਿੰਦਰ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਆਪਣੇ ਕੈਮਰੇ ਦੀ ਜ਼ੁਬਾਨੀ ਘਰ ਬੈਠੇ ਤੁਹਾਨੂੰ ਚੰਡੀਗੜ੍ਹ ਦੇ ਮੌਸਮ ਦਾ ਹਾਲ ਜਿਹੜਾ ਵੈ ਉਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਜਿਹੜਾ ਵੈ ਚੰਡੀਗੜ੍ਹ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਵੈ ਔਰ ਅੱਜ ਸਾਰਾ ਦਿਨ ਔਰ ਅਗਲੇ 2-3 ਦਿਨ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਜਾ ਰਹੀ ਹੈ ਔਰ ਤੁਸੀਂ ਵੀ ਦੱਸ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਗਰਮੀ ਤੋਂ ਰਾਹਤ ਮਿਲੀ ਹੈ ਜਾਂ ਪੰਜਾਬ 'ਚ ਤੁਸੀਂ ਕਿਸ ਸ਼ਹਿਰ ਦੇ ਵਿੱਚ ਬੈਠੇ ਹੋ ਔਰ ਉੱਥੇ ਮੌਸਮ ਦੇ ਕੀ ਹਾਲਾਤ ਹੈ ਤੁਸੀਂ ਵੀ ਜ਼ਰੂਰ ਸਾਨੂੰ ਫੀਡਬੈਕ ਦੇ ਸਕਦੇ ਹੋ ਔਰ ਇੱਕ ਇੱਕ ਤਸਵੀਰ ਲਗਾਤਾਰ ਤੁਹਾਡੇ ਤੱਕ ਅਗਲੇ 2-3 ਦਿਨ ਮੀਂਹ ਦੀਆਂ ਮੌਨਸੂਨ ਦੀਆਂ ਔਰ
ਕਿਸ ਤਰੀਕੇ ਦੇ ਪ੍ਰਸ਼ਾਸਨ ਦੇ ਇੰਤਜ਼ਾਮ ਨੇ ਉਹ ਤੁਹਾਡੇ ਤੱਕ ਗਰਾਊਂਡ ਜ਼ੀਰੋ ਤੋਂ ਆਪਣੀ ਟੀਮ ਵੱਖ ਵੱਖ ਟੀਮਾਂ ਜਿਹੜੀਆਂ ਸਾਡੀਆਂ ਲੱਗੀਆਂ ਹੋਈਆਂ ਉਹਨਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ। ਫਿਲਹਾਲ ਮੈਨੂੰ ਯਾਨੀ ਕਿ ਪੰਕਜ ਕਪਾਈ ਅਤੇ ਮੇਰੇ ਸਾਥੀ ਸੁਖਜਿੰਦਰ ਨੂੰ ਦਿਓ ਇਜਾਜ਼ਤ। ਧੰਨਵਾਦ।